ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਜੀ ਸਾਡੀ, ਅੱਜ ਡੀ ਡਿਵੀਜ਼ਨ ਥਾਣੇ ਦੇ ਵਿੱਚ ਇੱਕ ਰਿਕਵਰੀ ਹੋਈ ਹੈ ਜੀ, ਉਹਦੇ ਸੰਬੰਧ 'ਚ ਕੀਤੀ ਜਾ ਰਹੀ ਹੈ। ਜਿਹੜੀ ਆਪਣੇ ਸਾਡੇ ਮਾਣਯੋਗ ਕਮਿਸ਼ਨਰ ਸਾਹਿਬ ਔਰ ਸਾਡੇ ADCP1 ਮੈਡਮ ਜਿਹੜੇ ਆ, ਉਹਨਾਂ ਦੀਆਂ ਇੰਸਟਰਕਸ਼ਨਾਂ 'ਤੇ ਸਾਡੇ SHO ਮੋਹਿਤ ਕੁਮਾਰ ਔਰ ਇਹਨਾਂ ਦੀ ਟੀਮ ਨੇ ਇੱਕ ਵਧੀਆ ਰਿਕਵਰੀ ਕੀਤੀ ਆ। ਔਰ ਇੱਕ ਚੋਰ ਜਿਹੜਾ ਐਕਟਿਵਾ ਚੋਰ ਸੀ ਉਹਨੂੰ ਫੜਿਆ ਸੀ, ਫੜਨ ਤੋਂ ਬਾਅਦ ਉਹਦੇ ਖਿਲਾਫ FIR ਨੰਬਰ 40 ਅੰਡਰ ਸੈਕਸ਼ਨ 302 307(2) 317(2) ਦੇ VNS ਦੇ ਵਿੱਚ ਜਿਹੜਾ FIR ਦਰਜ ਕੀਤੀ ਗਈ ਸੀ, ਜਿਹੜੀਆਂ ਨਵੀਆਂ ਸਾਡੀਆਂ ਸੈਕਸ਼ਨਾਂ ਨੇ। ਔਰ ਉਹਦੇ ਕੋਲ ਗਾਂ ਫਰਦਰ ਜਦੋਂ ਉਹਦਾ ਰਿਮਾਂਡ ਲਿਆ ਗਿਆ, ਉਹਦੀ ਕੋਲ ਪੁੱਛਗਿੱਛ ਕੀਤੀ ਗਈ, ਫਰਦਰ ਪੁੱਛਗਿੱਛ ਦੇ ਵਿੱਚ ਉਹਨੇ ਜਿਹੜਾ ਸਾਡੇ ਕੋਲ ਜਿਹੜੀ ਆਪਣੀ ਕਨਫੈਸ਼ਨ ਕੀਤਾ, ਉਹਦੇ ਵਿੱਚ ਉਹ 8 ਹੋਰ ਜਿਹੜੇ ਆ ਵਹੀਕਲ ਜਿਹੜੇ ਆ ਮੋਟਰਸਾਈਕਲ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਹੋਏ ਮੰਨਿਆ। ਔਰ ਉਹ ਅਸੀਂ ਮੋਟਰਸਾਈਕਲ ਜਿਹੜੇ ਆ ਉਹਦੇ ਕੋਲੋਂ ਸੁਰਸਿੰਘ ਵਾਲੇ ਤੋਂ ਜਾ ਕੇ ਉਹਦੀ ਜਿਹੜੀ ਕਨਫੈਸ਼ਨ ਸਟੇਟਮੈਂਟ ਸੀ ਉਸ ਮੁਤਾਬਕ ਜਿਹੜੇ ਅਸੀਂ ਉਹ ਰਿਕਵਰ ਕੀਤੇ ਆ। ਟੋਟਲ ਇਸ ਆਪਣਾ ਮੁਕੱਦਮਾ ਨੰਬਰ 40 ਦੇ ਵਿੱਚ ਅਸੀਂ 9 ਜਿਹੜੇ ਵਹੀਕਲ ਰਿਕਵਰ ਕੀਤੇ ਆ, ਔਰ ਮਲੂਕ ਸਿੰਘ ਏਲੀਅਸ ਭੋਜਾ ਜਿਹੜਾ ਦੋਸ਼ੀ ਆ ਇਹਨੂੰ ਅਰੈਸਟ ਕੀਤਾ।